मेरा नाम संदीप सिंह। संदीप सिंह की काम करते ਅਸੀਂ ਫੋਟੋਗ੍ਰਾਫਰੀ ਦਾ ਕੰਮ ਕਰਦੇ ਹਾਂ। ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਕੈਮਰੇ ਲਾਏ ਸੀ ਟੀਮਾਂ ਦੇ ਨਾਲ, ਜਿੱਥੇ ਬਿੱਲ ਸਾਡੇ ਪਾਸ ਹੋ ਗਏ ਸੀ ਤੇ ਡੀਸੀ ਦਫ਼ਤਰ ਤੱਕ ਜਿਹੜੇ ਪਹੁੰਚਦੇ ਆ ਬਿੱਲ, ਆਰਓ ਨੇ ਜਿਹੜੇ ਚੈੱਕ ਕਰਕੇ ਜਿਹੜੇ ਫਾਈਨਲ ਕੀਤੇ ਸੀ। ਔਰ 3 ਮਹੀਨਿਆਂ ਤੋਂ ਜਿਹੜਾ ਵਾ ਡੀਸੀ ਦਫ਼ਤਰ ਦੇ ਵਿੱਚ ਸਾਨੂੰ ਖੱਜਲ ਖਰਾਬ ਹੋਣਾ ਪੈਣ ਦਿਆ ਸੀ। ਇੱਥੇ ਇੱਕ ਹਰਮਨ ਸਿੰਘ ਪੀਏ ਜਿਹੜਾ ਉਹ ਸਾਨੂੰ ਗੁੰਮਰਾਹ ਕਰਨ ਦਿਆ ਸੀ, ਕਹਿੰਦਾ ਸੀ ਪਹਿਲਾਂ ਤਾਂ ਬਿੱਲ ਨਹੀਂ ਪਾਸ ਕਰਦਾ, ਫਿਰ ਅਖੀਰ 'ਚ ਉਹਨੇ ਮੰਗ ਕੀਤੀ ਵੀ ਮੈਨੂੰ 1 ਲੱਖ ਰੁਪਇਆ ਦਿਓ ਤੇ ਮੈਂ ਬਿੱਲ ਪਾਸ ਕਰ ਦਿੰਦਾ। ਫਿਰ ਅਸੀਂ ਉਹਨਾਂ ਨੂੰ ਮਿੰਤ ਤਰਲੇ ਕੀਤੇ, ਜਿਹਦੇ ਵਿੱਚ ਉਹ ਮੰਨ ਲਾ ਕੇ ਕੋਈ ਕਰ ਕੇ 50,000 ਰੁਪਏ ਦੇ ਵਿੱਚ ਜਿਹੜਾ ਉਹ ਸਾਡਾ ਸੌਦਾ ਹੋਇਆ ਤੇ ਇਹਨੇ 20,000 ਰੁਪਇਆ ਸਾਡੇ ਕੋਲ ਪਹਿਲਾਂ ਲਿਆ ਵਾ। ਤੇ ਬਾਅਦ ਦੇ ਵਿੱਚ ਸਾਨੂੰ ਫਿਰ ਅੱਜ ਕਹਿੰਦਾ ਕਿ ਕੱਲ੍ਹ ਫੋਨ ਆਇਆ ਤੇ ਵੀ ਅਸੀਂ ਮੈਂ ਬਿੱਲ ਇਹਨਾਂ ਦੇ ਵਾਪਸ ਕਰ ਦੇਣੇ ਆ, ਪੈਸੇ ਜਿਹੜੇ ਆਏ ਆ ਚੋਣ ਕਮਿਸ਼ਨਰ ਵੱਲੋਂ ਮੈਂ ਵਾਪਸ ਕਰ ਦੇਣੇ ਆ, ਜੇ ਤੁਸੀਂ ਕਰਾਉਣੇ ਆ ਤੇ ਪਹਿਲਾਂ ਮੈਨੂੰ ਪੈਸੇ ਦਿਓ ਤੇ ਮੈਂ ਤੁਹਾਡੇ ਬਿੱਲ ਪਾਸ ਕਰ ਦਿੰਦਾ। ਉਹਦੇ ਵਿੱਚ ਅਸੀਂ ਬਾਅਦ ਦੇ ਵਿੱਚ ਨੂੰ ਅੱਜ ਫਿਰ ਵਿਜੀਲੈਂਸ ਦੇ ਮਦਦ ਦੇ ਨਾਲ ਅੱਜ ਇਹਨੂੰ 20,000 ਰੁਪਇਆ ਦਿੱਤਾ ਜਦੋਂ, ਤੇ ਇਹਨੂੰ ਰੰਗੇ ਹੱਥੀ ਜਿਹੜਾ ਵਾ ਫੜ ਲਿਆ ਵਾ ਵਿਜੀਲੈਂਸ ਨੇ। ਇਹ 2 ਜਣੇ ਹੀ ਫਿਲਹਾਲ ਜਿਹੜੇ ਵਿੱਚ, ਇੱਕ ਦਫ਼ਤਰ ਦਾ ਮੁੰਡਾ ਸੀ ਯੁਵਰਾਜ ਕੋਈ ਤੇ ਇੱਕ ਜਿਹੜਾ ਹਰਮਨ ਪੀਏ ਜਿਹੜਾ ਡੀਸੀ ਦਾ। ਇਹ ਡੀਸੀ ਦਫ਼ਤਰ ਤਰਨ ਤਾਰਨ ਡੀਸੀ ਦਾ ਮੇਨ ਪੀਏ ਆ। ਸਰਕਾਰ ਨੂੰ ਕਹਿਣਾ ਚਾਹੁੰਦੇ ਵੀ ਇਹੋ ਜਿਹੇ ਕਰਪਟ ਬੰਦਿਆਂ ਨੂੰ ਜਿਹੜਾ ਵਾ ਸਜ਼ਾ ਜਿਹੜੀ ਸਖ਼ਤ ਤੋਂ ਸਖ਼ਤ ਦਿੱਤੀ ਜਾਵੇ, ਤੇ ਜਿਹੜਾ ਵਾ ਇਹੋ ਜਿਹੀ ਕਾਲਾ ਬਜ਼ਾਰੀ ਕਰਦੇ ਆ ਜਾਂ ਰਿਸ਼ਵਤ ਮੰਗਦੇ ਆ ਜਿਹੜਾ ਇਹ ਗਾਹ ਤੋਂ ਨਾ ਮੰਨਣ ਤੇ ਸਾਨੂੰ ਇਨਸਾਫ਼ ਮਿਲੇ। ਅਸੀਂ ਕਹਿੰਦੇ ਹਾਂ ਵੀ ਪਹਿਲਾਂ ਤੁਸੀਂ ਵੇਖੋ ਇਹਦਾ ਮਿੰਤਲਾ ਕਰੋ ਵੀ ਅਸੀਂ ਜੇ ਤੇ ਤੁਹਾਨੂੰ ਬਚਦਾ ਵਾ ਤੇ ਤੁਸੀਂ ਨਾ ਇਹੋ ਜਿਹੇ ਕੰਮਾਂ ਚ ਪਹੁੰਚ ਨਾ। ਇਹਨਾਂ ਨੂੰ ਇਮਾਨਦਾਰੀ ਨਾਲ ਵੱਡੀਆਂ ਵੱਡੀਆਂ ਤਨਖਾਹਾਂ ਲੈਂਦੇ ਆ, ਸਰਕਾਰ ਇਹਨਾਂ ਨੂੰ ਤਨਖਾਹਾਂ ਦਿੰਦੀ ਆ ਤੇ ਵੱਡੀਆਂ ਵੱਡੀਆਂ ਜਿਹੜੀਆਂ ਤਨਖਾਹਾਂ ਲੈਂਦੇ ਉਹਦੇ ਤੇ ਸੰਤੁਸ਼ਟ ਰਹਿਣ, ਜਾ ਕੇ ਹੋਏ ਗਰੀਬ ਲੋਕਾਂ ਨੂੰ ਨਾ ਤੰਗ ਕਰਨ। ਵਿਜੀਲੈਂਸ ਦਾ ਬਹੁਤ ਫਾਇਦਾ ਜੀ, ਇਹਨਾਂ ਨੇ ਸਾਡੀ ਬੜੀ ਸੁਣਵਾਈ ਕੀਤੀ ਆ। ਇਹ ਸਾਡੇ ਨਾਲ ਕੱਲ੍ਹ ਤੋਂ ਜਿਹੜੇ ਨਾਲ ਲੱਗੇ ਸੀ ਸਾਡੇ, ਇਹਨਾਂ ਨੇ ਸਾਡੀ ਨਾਲ ਹੈਲਪ ਕੀਤੀ ਆ ਤੇ ਇਹਨਾਂ ਸਾਡੇ ਜਿਹੜੇ ਬਿੱਲ ਆ ਉਹ ਕਹਿੰਦੇ ਜਲਦ ਤੁਹਾਡੇ ਪਾਸ ਕਰਾਵਾਂਗੇ।